रोमाना हॉस्पिटल IVF एंड मैटरनिटी सेंटर जो कि बठिंडा विखे स्थित है। यह हॉस्पिटल अपने इलाके में बहुत ही वधिया तरीके सहूलत दे रहा है। बचपन के मरीजों लिए यह हॉस्पिटल एक वरदान साबित हो रहा है। डॉक्टर रुपिंदर कौर जी हमेशा ही मरीजों की देखभाल लिए तैयार रहते हैं। बीते दिन ही साड़ी पंजाब प्लस की टीम ने रोमाना हॉस्पिटल का विशेष दौरा किया और डॉक्टर रुपिंदर कौर जी ने विशेष गलबात की। पेश है पंजाब प्लस की टीम वालों एक रिपोर्ट। ਸ਼ੋ ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਡਾਕਟਰ ਰੁਪਿੰਦਰ ਕੌਰ ਰੋਮਾਨਾ ਜੀ ਦੇ ਨਾਲ, ਜੋ ਪਿਛਲੇ ਲੰਬੇ ਸਮੇਂ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਕਰਵਾ ਚੁੱਕੇ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਉਹੋ ਜਿਹੀਆਂ ਜਿਹੜੀਆਂ ਹਾਈ ਰਿਸਕ ਪ੍ਰੈਗਨੈਂਸੀਜ਼ ਹੈਗੀਆਂ ਉਹਨਾਂ ਨੂੰ ਹੈਂਡਲ ਕੀਤਾ ਹੈ ਔਰ ਆਪਣੀ ਜ਼ਿੰਦਗੀ ਦੇ ਵਿੱਚ ਸੇਵਾ ਜਿਹੜੀ ਹੈਗੀ ਹੈ ਇਹਨਾਂ ਨੇ ਕਾਫੀ ਲੰਬੇ ਸਮੇਂ ਪਹਿਲਾਂ ਸ਼ੁਰੂ ਕੀਤੀ ਹੈ ਔਰ ਉਸ ਟਾਈਮ ਦੇ ਉੱਤੇ ਜਦੋਂ ਗਾਇਨੀ ਦੇ ਜਿਹੜੇ ਡਾਕਟਰ ਜਿਹੜੇ ਹੈਗੇ ਆ ਘੱਟ ਹੁੰਦੇ ਸੀਗੇ, ਉਸ ਟਾਈਮ ਦੇ ਉੱਤੇ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਔਰ ਅੱਜ ਅਸੀਂ ਦੇਖ ਸਕਦੇ ਹਾਂ ਕਿ ਬਠਿੰਡੇ ਦੇ ਵਿੱਚ ਇੱਕ ਨਾਮ ਹੈ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ, ਸ਼ੁਕਰੀਆ। ਐਂਡ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰਾਂਗੇ ਕਿ ਕੋਈ ਸਮਾਂ ਹੁੰਦਾ ਸੀਗਾ ਕਿ ਜਦੋਂ ਲੇਡੀਜ਼ ਬੱਚੇ ਦੀ ਜਨਮ ਦੀ ਗੱਲ ਕਰੀਏ ਤਾਂ ਕਣਕ ਧੋਂਦੀਆਂ ਧੋਂਦੀਆਂ ਬੱਚੇ ਜਨਮ ਦੇ ਦਿੰਦੀਆਂ ਸੀਗੀਆਂ, ਲੇਕਿਨ ਅੱਜ ਕੱਲ੍ਹ ਜਿਹੜਾ ਹੈਗਾ ਇਹ ਇੱਕ ਬਹੁਤ ਵੱਡਾ ਇਸ਼ੂ ਬਣ ਚੁੱਕਿਆ ਹੈਗਾ ਔਰ ਬਹੁਤ ਹੀ ਅਖਿਆਈ ਔਰ ਬਹੁਤ ਹੀ ਇਹਨੂੰ ਮਤਲਬ ਪਤਾ ਨਹੀਂ ਤਾਂ ਨਿਊਕਲੀਅਰ ਫੈਮਿਲੀਜ਼ ਕਰਕੇ ਇੱਦਾਂ ਕਿ ਬਹੁਤ ਵੱਡੀ ਇਹਨੂੰ ਚੀਜ਼ ਨੂੰ ਮੰਨਿਆ ਜਾਂਦਾ ਬੱਚੇ ਹੋਣ ਨੂੰ, ਪ੍ਰੈਗਨੈਂਸੀ ਨੂੰ। ਕੀ ਕਰਨਾ ਚਾਹੋ? ਇਹ ਜਿਹੜੀ ਪ੍ਰੋਬਲਮਸ ਆਪਣੀ ਲਾਈਫ ਦੇ ਵਿੱਚ ਐਡ ਹੋਈਆਂ ਇਹ ਆਪਣੇ ਲਾਈਫ ਸਟਾਈਲ ਨਾਲ ਰਿਲੇਟਡ ਹੈ। ਪਹਿਲਾਂ ਤਾਂ ਬੱਚਿਆਂ ਨੂੰ ਫਿਜ਼ੀਕਲ ਐਕਟੀਵਿਟੀ ਵੱਲ ਰੁਝਾਨ ਹੀ ਨਹੀਂ ਰਿਹਾ। ਸੈਕਿੰਡਲੀ ਉਹ ਇੰਨੇ ਕੁ ਮੈਰੇਜੇਬਲ ਜਦੋਂ ਏਜ ਹੁੰਦੀ ਹੈ, ਨੋਰਮਲੀ ਪਹਿਲਾਂ ਇਹ ਜਿਹੜੀ ਸੀਗੀ ਉਮਰ 20 ਸਾਲ 18 ਸਾਲ 'ਤੇ ਬੱਚੀਆਂ ਦਾ ਵਿਆਹ ਹੋ ਜਾਂਦਾ ਸੀ, ਜਦੋਂ ਕਿ ਜਿਹੜੀ ਬੋਡੀ ਹੈਗੀ ਦੈਟ ਇਜ਼ ਵੈਰੀ ਇਲਾਸਟਿਕ ਐਂਡ ਫੋਰ ਨੋਰਮਲ ਡਿਲੀਵਰੀਜ਼ ਦੈਟ ਯੂਜ਼ ਟੂ ਬੀ ਵੈਰੀ ਗੁੱਡ। ਬਟ ਹੁਣ ਬੱਚਾ ਪੜ੍ਹਦਾ ਪੜ੍ਹਦਾ ਹੀ 25 ਤੋਂ 30 ਸਾਲ ਦਾ ਹੋ ਜਾਂਦਾ, ਜਦੋਂ ਨੂੰ ਉਹਦੇ ਬੱਚੇ ਹੁੰਦੇ ਨੇ ਉਹਨਾਂ ਦੀ ਏਜ 30 ਪਲੱਸ ਹੋ ਜਾਂਦੀ ਹੈ। ਉਹਦੇ ਨਾਲ ਜਿਵੇਂ ਉਮਰ ਵੱਧ ਜਾਂਦੀ ਹੈ ਉਵੇਂ ਹੀ ਪ੍ਰੈਗਨੈਂਸੀ ਦੇ ਵਿੱਚ ਕੰਪਲੀਕੇਸ਼ਨਸ ਵਧਣੀਆਂ ਲੱਗ ਜਾਂਦੀਆਂ, ਜਿਵੇਂ ਕਿ ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ ਹੋਣਾ, ਸ਼ੂਗਰ ਹੋਣਾ। ਸੈਕਿੰਡਲੀ ਜਿਹੜੀ ਮਾਂ ਦੀ ਜਿਹੜੀ ਹੈਗੀ ਬੋਡੀ ਦਾ ਸਿਸਟਮ ਜਦੋਂ ਡਿਲੀਵਰੀ ਵੇਲੇ ਹੋਣਾ ਹੈਗਾ ਉਹਦੇ ਸਿਸਟਮਸ ਵਿੱਚ ਜਿਵੇਂ ਸਰਵਾਈਕਲ ਦੀਆਂ ਥਿਨਿੰਗ ਨਹੀਂ ਹੋਣੀ, ਓਪਨਿੰਗ ਨਹੀਂ ਹੋਣੀ, ਜਿਹਦੇ ਕਰਕੇ ਨੋਰਮਲ ਡਿਲੀਵਰੀਜ਼ ਦਾ ਰੁਝਾਨ ਘੱਟ ਜਾਂਦਾ। ਸੈਕਿੰਡਲੀ ਬੱਚੇ ਕੰਮ ਹੀ ਨਹੀਂ ਕਰਨਾ ਚਾਹੁੰਦੇ, ਇੰਨੀਆਂ ਕੁ ਸਹੂਲਤਾਂ ਉਹਨਾਂ ਨੂੰ ਮਿਲ ਚੁੱਕੀਆਂ ਹਨ ਕਿ ਫਿਜ਼ੀਕਲ ਐਕਟੀਵਿਟੀ ਜ਼ੀਰੋ ਹੋ ਚੁੱਕੀ ਹੈ। ਉਹਦੇ ਕਰਕੇ ਹੀ ਜਿਹੜਾ ਤੁਸੀਂ ਕਿਹਾ ਵੀ ਡਿਲੀਵਰੀ ਐਵੇਂ ਹੋ ਜਾਂਦੀ ਸੀ ਉਵੇਂ ਨਹੀਂ ਹੁੰਦੀ, ਸੋ ਦਿਸ ਇਜ਼ ਦ ਮੇਨ ਰੀਜ਼ਨ। ਇਹ ਐਕਸਪੀਰੀਅੰਸ ਤਾਂ ਡੈਫੀਨੇਟਲੀ ਫਰਕ ਪੈਂਦਾ ਹੀ ਹੈਗਾ, ਕਿਉਂਕਿ ਤੁਹਾਨੂੰ ਮਨ ਤੁਹਾਡਾ ਜਿੰਨਾ ਕੁ ਤੁਸੀਂ ਚੀਜ਼ਾਂ ਡਿਫੀਕਲਟ ਦੇਖਦੇ ਹੋ ਤੁਹਾਨੂੰ ਹਰ ਚੀਜ਼ ਦਾ ਪਤਾ ਲੱਗ ਜਾਂਦਾ ਵੀ ਇਹ ਹੁਣ ਆਹ ਕੰਪਲੀਕੇਸ਼ਨ ਆ ਸਕਦੀ ਹੈ, ਆ ਸਕਦੀ ਹੈ, ਆਹ ਵੀ ਆ ਸਕਦੀ ਹੈ। ਫਿਰ ਤੁਸੀਂ ਮੈਂਟਲੀ ਪ੍ਰਿਪੇਅਰ ਹੋ ਜਾਂਦੇ ਹੋ ਉਹਨਾਂ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ, ਇਹ ਇੱਕ ਤਜਰਬੇ ਨਾਲ ਵੀ ਆਉਂਦਾ ਹੈਗਾ। ਬਟ ਜੇ ਆਪਾਂ ਪੇਸ਼ੈਂਟ ਨੂੰ ਬਹੁਤ ਸੀਰੀਅਸਲੀ ਦੇਖੀਏ, ਹਰ ਪੇਸ਼ੈਂਟ ਇੱਕ ਨਵੀਂ ਕਿਤਾਬ ਹੁੰਦਾ ਹੈ। ਜੇ ਅਸੀਂ ਉਹਨੂੰ ਸ਼ੁਰੂ ਤੋਂ ਹੀ ਉਹਦੇ ਹਰ ਉਹਦੇ ਪਹਿਲੂ ਨੂੰ ਵਰਕਆਊਟ ਕਰਦੇ ਰਹੀਏ ਤਾਂ ਆਈ ਥਿੰਕ ਸਾਰੇ ਡਾਕਟਰਸ ਹੀ ਇਹ ਹਾਈ ਰਿਸਕ ਪ੍ਰੈਗਨੈਂਸੀ ਨੂੰ ਹੈਂਡਲ ਕਰ ਲੈਣਾ ਚਾਹੀਦਾ। ਡਸਾ, ਇਨਫਰਟੈਲਿਟੀ ਜਿਹੜੀ ਕਿ ਇੱਕ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ ਪੰਜਾਬ ਦੇ ਵਿੱਚ ਔਰ ਉਹਦੇ ਲਈ ਵੀ ਤੁਹਾਡਾ ਜਿਹੜਾ ਇਹ ਸੈਂਟਰ ਹੈਗਾ ਇੱਕ ਫਰਟੈਲਿਟੀ ਸੈਂਟਰ ਮੰਨਿਆ ਜਾਂਦਾ ਔਰ ਬਹੁਤ ਸਾਰੇ ਕੇਸ ਜਿਹੜੇ ਕੌਂਸਲਿੰਗ ਦੇ ਨਾਲ ਜਿਹਦੇ ਲਈ ਤੁਸੀਂ ਬਹੁਤ ਐਕਸਪਰਟ ਹੋ ਔਰ ਤੁਸੀਂ ਹਮੇਸ਼ਾ ਜਿਹੜਾ ਹੈਗਾ ਤੁਸੀਂ ਜਿੱਦਾਂ ਕਹਿੰਦੇ ਹੋ ਕਿ ਐਵਰੀ ਇਨਫਰਟੈਲਿਟੀ ਕਪਲ ਇਜ਼ ਨੋਟ ਵੈਲਿਡ ਫਾਰ IVF ਔਰ ਉਹਦੇ ਲਈ ਤੁਸੀਂ ਬੜੀ ਵੱਡੀ ਸੇਵਾ ਇਸ ਇਲਾਕੇ ਦੀ ਕਰ ਰਹੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ, ਇਨਫਰਟੈਲਿਟੀ ਹੋਣਾ ਦਾ ਕਾਰਨ ਪਤਾ ਹੋਣਾ ਚਾਹੀਦਾ। ਸਕਸੈਸ ਫਾਰ ਇਨਫਰਟੈਲਿਟੀ ਆਈਦਰ ਵਿਦ IVF ਜਾਂ ਨੈਚੁਰਲ ਪ੍ਰੈਗਨੈਂਸੀ ਲਈ ਅਸੀਂ ਕਹਿੰਦੇ ਇਟ ਇਜ਼ 20-40%। IVF ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਗੀ ਕਿ ਲੋਕ ਜਿੰਨੇ ਇੱਛਾਵਾਂ ਨਾਲ ਆ ਜਾਂਦੇ ਵੀ IVF ਕਰਾ ਲਿਆ ਸਾਨੂੰ ਬੱਚਾ ਹੋ ਜਾਏਗਾ। ਨੋ, ਵੀ ਹੈਵ ਟੂ ਟ੍ਰੀਟ ਦੀ ਕੋਜ, ਫਾਇੰਡ ਦੀ ਕੋਜ ਐਂਡ ਦੈਨ ਵਟ ਐਵਰ ਇਜ਼ ਦੀ ਰੀਜ਼ਨ ਉਹਨੂੰ ਕਰਨਾ ਚਾਹੀਦਾ। ਜੇ ਆਪਾਂ ਪੇਸ਼ੈਂਟ ਜਿਹੜਾ ਪਹਿਲਾਂ ਇਨਫਰਟਾਈਲ ਕਪਲ ਆਉਂਦਾ ਉਹਨੂੰ ਪੂਰੀ ਉਹਦੀ ਡਿਟੇਲਡ ਹਿਸਟਰੀ ਲਈ ਜਾਵੇ, ਫੀਮੇਲ ਦੀ ਹਿਸਟਰੀ ਲਈ ਜਾਵੇ, ਮੇਲ ਦੀ ਹਿਸਟਰੀ ਲਈ ਜਾਵੇ, ਫਿਰ ਉਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਵੇ ਸਾਰਾ ਕਿ ਜੋ ਕਿ ਉਹਦੀ ਟਿਊਬਸ ਬਾਰੇ ਜਾਂਚ ਕਰਨਾ, ਉਹਦੇ
ਐਗ ਫਾਰਮੇਸ਼ਨ ਬਾਰੇ ਹੈ, ਉਹਦੀ ਹਾਰਮੋਨਲ ਸਟੇਟਸ ਬਾਰੇ ਹੈ, ਇਹ ਸਾਰੀਆਂ ਚੀਜ਼ਾਂ ਨੂੰ ਟੈਸਟ ਕਰਦੇ ਹੋਏ ਐਂਡ ਉਹਨਾਂ 'ਚੋਂ ਕਾਫੀ ਪਰਸੈਂਟ ਲੋਕ ਜਿਹੜੇ ਹੈਗੇ ਉਹ ਨੋਰਮਲ ਵੀ ਕੰਸੀਵ ਕਰ ਸਕਦੇ ਹੈਗੇ। ਆਈ ਵੀ ਐਫ ਇਜ਼ ਓਨਲੀ ਫੋਰ ਦੋਜ਼ ਪੀਪਲ ਹੂ ਡੂ ਨੋਟ ਰਿਸਪੋਂਡ ਵਿਦ ਆਲ ਦੀਸ ਥਿੰਗਸ, ਦੈਨ ਦੇ ਸ਼ੁਡ ਆਪਟ ਫਾਰ ਆਈ ਵੀ ਐਫ। ਅਗੇਨ ਆਈ ਵੀ ਐਫ ਪਾਰ ਰੱਖਿਆ ਜਾਂਦਾ ਹੈ, ਇਹ 100% ਨਹੀਂ ਹੁੰਦਾ। ਪੀ ਸੀ ਓ ਡੀ ਮੇਰੇ ਆਪਣੇ ਕੈਰੀਅਰ ਦੇ ਵਿੱਚ ਦੇਖਦੇ ਦੇਖਦੇ ਬਹੁਤ ਜ਼ਿਆਦਾ ਅਪਕਮਿੰਗ ਡਿਜ਼ੀਜ਼ ਆ ਰਹੀ ਹੈ ਅੱਜ ਕੱਲ੍ਹ। ਜੇ ਅਸੀਂ ਕਹੀਏ ਯੰਗ ਫੀਮੇਲਸ, ਇਕੱਲੀਆਂ ਯੰਗ ਲੜਕੀਆਂ ਨਹੀਂ ਹੈ, ਈਵਨ ਮੈਰਿਡ ਫੀਮੇਲਸ ਆਲ ਆਰ ਹੈਵਿੰਗ ਪੀ ਸੀ ਓ ਡੀ, ਮੋਸਟ ਆਫ ਦੈਮ ਆਰ ਹੈਵਿੰਗ ਪੀ ਸੀ ਓ ਡੀ। ਪੀ ਸੀ ਓ ਡੀ ਜਿਹੜੀ ਇੱਕ ਚੀਜ਼ ਹੈਗੀ ਕਿ ਬੇਸਿਕਲੀ ਇਹ ਇੱਕ ਹਾਰਮੋਨਲ ਇੰਬੈਲੈਂਸ ਹੈ ਜਿਹਦੇ ਕਰਕੇ ਹਾਰਮੋਨਸ ਦੇ ਕਰਕੇ ਹੀ ਪੇਸ਼ੈਂਟ ਨੂੰ ਮੋਟਾਪਾ ਆਉਣਾ, ਉਹਦੀ ਐਗ ਫਾਰਮੇਸ਼ਨ ਨਾ ਠੀਕ ਹੋਣਾ ਅਤੇ ਫਿਰ ਵਿੱਚ ਫਰਦਰ ਲੀਡਸ ਟੂ ਪ੍ਰੈਗਨੈਂਸੀ ਨਾ ਹੋਣਾ, ਇਹ ਸਾਰੀਆਂ ਚੀਜ਼ਾਂ ਪੀ ਸੀ ਓ ਡੀ ਨਾਲ ਰਿਲੇਟਡ। ਬਟ ਪੀ ਸੀ ਓ ਡੀ ਇੱਕ ਬਿਮਾਰੀ ਹੈ, ਉਹਨੂੰ ਜੇ 50% ਆਪਾਂ ਜੇ ਕਹਿ ਸਕੀਏ ਉਹਨੂੰ ਵੇਟ ਕੰਟਰੋਲ ਦੇ ਨਾਲ ਕੰਟਰੋਲ ਕੀਤੀ ਜਾ ਸਕਦੀ। ਉਹ ਆਪਾਂ ਵੇਟ ਕਿਸ ਤਰ੍ਹਾਂ ਕੰਟਰੋਲ ਕਰਦੇ, ਅੱਜ ਕੱਲ੍ਹ ਡਾਇਟਰੀ ਹੈਬਿਟਸ ਜਿਹੜੀਆਂ ਆਪਣੀਆਂ ਹੈਗੀਆਂ ਹੈਗੀਆਂ, ਫਾਸਟ ਫੂਡ ਖਾਣਾ ਔਰ ਇਹ ਜਿਹਦੇ ਨਾਲ ਇਹਦੇ ਨਾਲ ਫੈਟ ਬਹੁਤ ਐਡ ਆਨ ਹੁੰਦੀ ਹੈ, ਜੇ ਫੈਟ ਐਡ ਆਨ ਹੋਏਗੀ ਤਾਂ ਪੀ ਸੀ ਓ ਡੀ ਹੋਰ ਐਡ ਆਨ ਹੋਏਗੀ। ਸੋ ਬੇਸਿਕਲੀ ਜੇ ਆਪਾਂ ਆਪਣਾ ਲਾਈਫ ਸਟਾਈਲ ਚੇਂਜ ਕਰਾਂਗੇ, ਮੇ ਬੀ ਗੁੱਡ ਡਾਇਟ, ਹੈਲਦੀ ਡਾਇਟ, ਐਕਸਰਸਾਈਜ਼, ਪੀ ਸੀ ਓ ਡੀ ਤੁਸੀਂ ਆਪਣੇ ਆਪ 50% ਯੂ ਕੈਨ ਮੈਨੇਜ, ਰੈਸਟ 50% ਸਾਨੂੰ ਆਪਾਂ ਨੂੰ ਉਹਦਾ ਟ੍ਰੀਟਮੈਂਟ ਤਾਂ ਕਰਾਉਣਾ ਪੈਂਦਾ। ਐ ਨਹੀਂ ਗਾ ਵੀ ਇੱਕ ਵਾਰੀ ਟ੍ਰੀਟਮੈਂਟ, ਆਮ ਜਿਹੜੇ ਲੋਕਾਂ ਦਾ ਕੰਸੈਪਟ ਹੈ ਜੀ ਅਸੀਂ ਪੀ ਸੀ ਓ ਡੀ ਦਾ ਟ੍ਰੀਟਮੈਂਟ ਲਿਆ ਸੀ ਪਰ ਅਸੀਂ ਠੀਕ ਨਹੀਂ ਹੋਏ। ਪੀ ਸੀ ਓ ਡੀ ਇਜ਼ ਨੋਟ ਕਿਊਰੇਬਲ ਡਿਜ਼ੀਜ਼, ਇਟ ਕੈਨ ਬੀ ਮੈਨੇਜ ਵਿਦ ਮੈਡੀਸਨਸ, ਦਵਾਈਆਂ ਲੈਣ ਨਾਲ ਆਪਣਾ ਕੰਟਰੋਲ 'ਚ ਹੋ ਜਾਂਦੀ ਹੈ ਕੁਛ ਸਮੇਂ ਤੱਕ, ਮੇ ਬੀ ਕੰਟਰੋਲ 'ਚ, ਮੇ ਬੀ ਇਟ ਕੈਨ ਕਮ ਅਗੇ। ਸੋ ਸਾਨੂੰ ਆਪਣਾ ਲਾਈਫ ਸਟਾਈਲ, ਡਾਇਟਰੀ ਹੈਬਿਟਸ, ਇਹ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਅਤੇ ਹੈਲਦੀ ਲਾਈਫ ਨੂੰ ਲੀਡ ਕਰੋ ਤਾਂ ਮੇ ਬੀ ਪੀ ਸੀ ਓ ਡੀ ਤੋਂ ਸ਼ਾਇਦ ਥੋੜ੍ਹਾ ਬਹੁਤ ਬਚ ਸਕੀਏ। ਦੱਸੋ ਸਿਸਟਸ ਜਿਹੜੇ ਕਿ ਲੋਕ ਬੜਾ ਲਾਈਟਲੀ ਲੈ ਲੈਂਦੇ ਆ ਔਰ ਬੜੇ ਟੋਟਕਿਆਂ 'ਚ ਪਹਿਲਾਂ ਪੈ ਜਾਂਦੇ ਹੈਗੇ ਆ ਔਰ ਬਾਅਦ ਵਿੱਚ ਸਿਸਟਸ ਵੀ ਜਿਹੜੇ ਹੈਗੇ ਆ ਕਈ ਵਾਰ ਬੜਾ ਵਿਕਰਾਂ ਰੂਪ ਧਾਰਨ ਕਰ ਲੈਂਦੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋ? ਸਿਸਟ ਇੱਕ ਬਹੁਤ ਵੱਡਾ ਟਰਮੀਨੋਲੋਜੀ ਹੈ। ਸਿਸਟ ਸਿੰਪਲ ਸਿਸਟ ਵੀ ਹੋ ਜਾਂਦਾ ਹੈਗਾ, ਜਿਵੇਂ ਕਿ ਸਿੰਪਲ ਫੋਲੀਕੂਲਰ ਸਿਸਟ, ਸਿੰਪਲ ਓਵੇਰੀਅਨ ਸਿਸਟ। ਫੋਲੀਕੂਲਰ ਸਿਸਟ ਹੁੰਦਾ ਹੈ ਕਿ ਨੋਰਮਲ ਓਵੂਲੇਸ਼ਨ ਹੋਈ, ਉਹ 'ਚ ਥੋੜ੍ਹਾ ਜਿਹਾ ਵੱਡਾ ਐਗ ਬਣ ਗਿਆ, ਮੇ ਬੀ ਉਹ ਇੱਕ ਦੋ ਸਾਈਕਲ ਪਰਸਿਸਟ ਕਰੇਗਾ, ਉਹ ਠੀਕ ਹੋ ਜਾਂਦਾ। ਸਿੰਪਲ ਓਵੇਰੀਅਨ ਸਿਸਟ ਹੋ ਗਿਆ, ਅਗੇਨ ਉਹ ਫੋਲੀਕੂਲਰ ਸਿਸਟ ਦਾ ਅਗੇਨ ਫੰਕਸ਼ਨਲ ਸਿਸਟ ਬਣ ਜਾਂਦਾ ਹੈਗਾ, ਉਹਦੇ ਨਾਲ ਮੈਂਸਟਰਲ ਰੈਗੂਲੈਰਿਟੀਜ਼ ਵੀ ਹੋਣਗੀਆਂ, ਸਾਈਜ਼ ਵੀ ਐਡ ਆ। ਇਹੋ ਜਿਹੇ ਸਿਸਟ ਨੂੰ ਅਸੀਂ ਜੇ 5 ਸੈਂਟੀਮੀਟਰ ਤੱਕ ਅਸੀਂ ਉਹਨੂੰ ਵੇਟ ਕਰ ਸਕਦੇ ਹਾਂ, ਕੰਜ਼ਰਵੇਟਿਵ ਟ੍ਰੀਟ ਕਰ ਸਕਦੇ ਹਾਂ। ਇਫ ਇਟ ਇਜ਼ ਗਰੋਇੰਗ, ਜੇ ਵੱਧਦਾ ਜਾ ਰਿਹਾ ਬਾਰ ਬਾਰ, ਫਿਰ ਸਾਨੂੰ ਉਹਦਾ ਕੋਈ ਪ੍ਰੋਪਰ ਟ੍ਰੀਟਮੈਂਟ ਜਿਵੇਂ ਕਿ ਇਨ ਫਾਰਮ ਆਫ ਲੈਪਰੋਸਕੋਪਿਕ ਸਰਜਰੀ ਜਾਂ ਡਰੇਨਿੰਗ ਵਟ ਐਵਰ, ਉਹ ਸਾਨੂੰ ਕਰਾਉਣਾ ਚਾਹੀਦਾ। ਦੂਸਰੇ ਤਰ੍ਹਾਂ ਦਾ ਸਿਸਟ ਹੁੰਦਾ ਹੈਗਾ ਐਂਡੋਮੈਟ੍ਰੋਟਿਕ ਸਿਸਟ, ਇੱਕ ਜਿਹੜੀ ਬਹੁਤ ਹੀ ਡਿਫੀਕਲਟ ਕੰਡੀਸ਼ਨ ਇਨ ਗਾਇਨੀ ਕਹਿ ਸਕਦੇ ਹਾਂ, ਕਿਉਂਕਿ ਜਿਹੜੇ ਇਹਦੇ ਵਿੱਚ ਸਿਸਟ ਦੇ ਵਿੱਚ ਪਾਣੀ ਦੀ ਜਗ੍ਹਾ ਖੂਨ ਇਕੱਠਾ ਹੋਣ ਲੱਗ ਜਾਂਦਾ ਹੈ ਐਂਡ ਦੈਟ ਐਡਸ ਔਨ ਟੂ ਐਵਰੀ ਮੈਂਸਟਰਲ ਸਾਈਕਲ। ਹਰ ਪੀਰੀਅਡਸ ਦੇ ਵਿੱਚ ਉਹਦਾ ਥੋੜ੍ਹਾ ਬਹੁਤ ਇਜ਼ਾਫਾ ਹੋ ਸਕਦਾ ਹੈ, ਪੇਨ ਬੜੀ ਹੁੰਦੀ ਹੈ ਅਤੇ ਇਹਦੇ ਨਾਲ ਇਨਫਰਟਿਲਿਟੀ ਜ਼ਿਆਦਾ ਹੋ ਸਕਦੀ ਹੈ। ਇਹਨੂੰ ਟ੍ਰੀਟ ਕਰਨਾ, ਜੇ ਸੋਚਦੇ ਅਸੀਂ ਇੱਕ ਵਾਰ ਇਲਾਜ ਕਰਾ ਲਿਆ ਸਾਡਾ ਤਾਂ ਜੀ ਇਹ ਦੁਬਾਰਾ ਫਿਰ ਕਿਉਂ ਹੋ ਗਿਆ, ਇਟ ਇਜ਼ ਅ ਬੇਸਿਕਲੀ ਅ ਰੈਕਰੈਂਟ ਡਿਜ਼ੀਜ਼। ਦਿਸ ਜਿਹੜੀ ਐਂਡੋਮੈਟ੍ਰੋਟਿਕ ਸਿਸਟ ਹੈਗਾ, ਇਹਦਾ ਸਾਨੂੰ ਬਹੁਤ ਜਲਦੀ ਜਲਦੀ ਅਤੇ ਪ੍ਰੋਪਰ ਟ੍ਰੀਟਮੈਂਟ ਜ਼ਰੂਰ ਕਰਵਾਉਣਾ ਚਾਹੀਦਾ। ਤੀਸਰਾ ਆ ਜਾਂਦਾ ਹੈ ਜੇ ਇੱਕ ਵੱਡੀ ਉਮਰ ਦੇ ਵਿੱਚ ਸਿਸਟ ਆ ਜਾਂਦਾ ਹੈਗਾ, ਜਿਵੇਂ ਪੋਸਟ ਮੀਨੋਪੋਜ਼ਲ ਲੇਡੀਜ਼ ਜਾਂ ਪੈਰੀਮੀਨੋਪੋਜ਼ਲ ਲੇਡੀਜ਼। ਪੈਰੀਮੀਨੋਪੋਜ਼ਲ ਲੇਡੀਜ਼ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜਿਨ੍ਹਾਂ ਦੇ ਕਿ ਪੀਰੀਅਡਸ ਖਤਮ ਹੋਣ ਵਾਲੇ ਹੁੰਦੇ, ਉਹਦੇ ਆਸ ਪਾਸ ਪੋਸਟ ਮੀਨੋਪੋਜ਼ਲ ਜਦੋਂ ਪੀਰੀਅਡ ਮੈਂਸਸ ਪੀਰੀਅਡਸ ਆਉਣੇ ਬੰਦ ਹੋ ਜਾਂਦੇ, ਉਹਨਾਂ ਦੇ ਵਿੱਚ ਸਿਸਟ ਮਿਲੇ, ਉਹਨਾਂ ਨੂੰ ਸਾਨੂੰ ਦੂਸਰੀ ਨਜ਼ਰ ਨਾਲ ਦੇਖਣਾ ਚਾਹੀਦਾ ਹੈਗਾ, ਉਹਦੀ ਫੁੱਲ ਇਨਵੈਸਟੀਗੇਸ਼ਨ ਕਰਵਾਉਣੀ ਚਾਹੀਦੀ ਹੈ। ਕਈ ਵਾਰੀ ਇਹ ਮੈਲੀਗਨੈਂਟ ਜਾਂ ਕੈਂਸਰਸ ਰੂਪ ਦੇ ਵੀ ਹੁੰਦੇ ਆ। ਸੋ ਸਿਸਟ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹਦੀ ਫੋਲੋ ਅਪ ਕਰਨੀ ਅਤੇ ਜਾਂਚ ਕਰਾਉਣੀ ਬਹੁਤ ਜ਼ਰੂਰੀ ਹੈ। ਦੱਸੋ, ਅਗਰ ਆਪਾਂ ਇਨਫਰਟੈਲਿਟੀ ਦੇ ਟ੍ਰੀਟਮੈਂਟਸ ਦੀ ਗੱਲ ਕਰੀਏ, ਕਾਉਂਸਲਿੰਗ ਦੀ ਗੱਲ ਕਰੀਏ, ਤੁਹਾਡਾ ਉਹ ਸਮਾਂ ਜਦੋਂ ਤੁਸੀਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਔਰ ਅੱਜ ਤੱਕ ਜਿੱਦਾਂ ਉਸ ਟਾਈਮ ਜਿੱਦਾਂ ਤੁਸੀਂ ਉਹਨਾਂ ਦੀ ਫੇਸ ਇੰਪ੍ਰੈਸ਼ਨ ਦੇ ਨਾਲ ਉਹਨਾਂ ਦੇ ਮਤਲਬ ਥੋੜ੍ਹੀ ਜਿਹੀ ਇਨਵੈਸਟੀਗੇਸ਼ਨ ਜਦੋਂ ਉਸ ਟਾਈਮ 'ਤੇ ਹੁੰਦੀਆਂ ਸੀ, ਲੇਕਿਨ ਅੱਜ ਕੱਲ੍ਹ ਤੁਹਾਡੇ ਕੋਲ ਮਾਡਰਨ ਮਸ਼ੀਨਰੀ ਸਾਰੀ ਆ ਗਈ, ਇਹ ਦੋਨੋਂ ਦਾ ਕੰਬੀਨੇਸ਼ਨ ਦੇ ਨਾਲ ਸਾਨੂੰ ਦੱਸੋ ਕਿ ਕਿਵੇਂ ਅੱਜ ਜਿਹੜਾ ਹੈਗਾ ਇਹ ਜਿਹੜਾ ਸੈਂਟਰ ਹੈਗਾ ਉਹ ਫਰਟੈਲਿਟੀ ਸੈਂਟਰ ਬਣਿਆ ਹੋਇਆ ਔਰ ਲੋਕਾਂ ਨੂੰ ਜੋ ਉਮੀਦ ਲੈ ਕੇ ਬੜੇ ਦੂਰ ਦੂਰ ਤੋਂ ਆਉਂਦੇ ਆ ਉਹ ਆਪਣੀ ਝੋਲੀ ਭਰ ਕੇ ਲੈ ਕੇ ਆਉਂਦੇ।
ਦੇਖੋ ਹਰ ਚੀਜ਼ ਗ੍ਰੈਜੂਅਲੀ ਜਿਵੇਂ ਸਾਇੰਸ ਨੇ ਇੰਪਰੂਵ ਕੀਤਾ ਹੈ, ਖੈਰ ਆਈ ਵੀ ਐਫ ਕੋਈ ਹੋਣਾ ਕੋਈ ਨਵੀਂ ਤਾਂ ਨਹੀਂ, ਬਹੁਤ ਸਦੀਆਂ ਤੋਂ ਹੀ ਆ ਰਿਹਾ ਹੈ। ਬਟ ਆਈ ਵੀ ਐਫ ਦਾ ਨਾਲ ਜੇ ਅਸੀਂ ਬੇਸਿਕਲੀ ਸਾਰਾ ਇਨਫਰਟਿਲਿਟੀ ਵਰਕਅਪ ਕਰੀਏ ਉਹਦੇ 'ਤੇ ਜ਼ਰੂਰ ਸਟ੍ਰੈਸ ਕਰਨਾ ਚਾਹੀਦਾ ਹੈਗਾ। ਆਈ ਵੀ ਐਫ ਤੋਂ ਪਹਿਲਾਂ ਇਨਫਰਟਿਲਿਟੀ ਸਿੰਪਲ ਟ੍ਰੀਟਮੈਂਟ ਤੋਂ ਪਹਿਲਾਂ ਆਈ ਓ ਆਈਜ਼ ਹੁੰਦੇ, ਮੇਲ ਫੈਕਟਰ ਟ੍ਰੀਟ ਕਰਨਾ ਚਾਹੀਦਾ ਹੈਗਾ, ਫੀਮੇਲ ਫੈਕਟਰਸ, ਟਾਈਮਿੰਗਸ, ਇਹ ਸਾਰਾ ਚੀਜ਼ ਨੂੰ ਦੇਖਦੇ ਹੋਏ ਇਹ ਇਹਦਾ ਸਕਸੈਸ ਰੇਟ ਵੀ ਕਾਫੀ ਹੋ ਜਾਂਦਾ। ਜੇ ਕੋਈ ਟਿਊਬਲ ਫੈਕਟਰ ਹੋਵੇ ਜਿਵੇਂ ਟਿਊਬਸ ਵਿੱਚ ਪ੍ਰੋਬਲਮ ਹੈ ਜ਼ਿਆਦਾਤਰ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਆਈ ਵੀ ਐਫ ਦਾ ਸਹਾਰਾ ਜ਼ਰੂਰ ਲੈਣਾ ਪੈਂਦਾ ਹੈ, ਕਿਉਂਕਿ ਟਿਊਬਸ ਨਹੀਂ ਫੰਕਸ਼ਨਲ ਤਾਂ ਨੋਰਮਲ ਆਈ ਓ ਆਈ 'ਤੇ ਜਾਂ ਨੋਰਮਲ ਤਰੀਕੇ ਨਾਲ ਪ੍ਰੈਗਨੈਂਸੀਜ਼ ਨਹੀਂ ਹੋ ਸਕਦੀਆਂ। ਸੈਕੰਡਲੀ ਆ ਜਾਂਦਾ ਹੈਗਾ ਕਿ ਜੇ ਕਿਸੇ ਨੂੰ ਐਗ ਫਾਰਮੇਸ਼ਨ, ਜਿਹੜੀ ਤੁਸੀਂ ਪੀ ਸੀ ਓ ਡੀ ਦੀ ਗੱਲ ਕਰ ਚੁੱਕੇ ਹੋ, ਪੀ ਸੀ ਓ ਡੀ ਦੇ ਵਿੱਚ ਕਈ ਵਾਰੀ ਰਜਿਸਟੈਂਟ ਪੀ ਸੀ ਓ ਡੀਜ਼ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਫੋਲੀਕਲ ਹੀ ਨਹੀਂ ਬਣਦਾ, ਐਗ ਹੀ ਨਹੀਂ ਬਣਦਾ, ਜਾਂ ਜਿਨ੍ਹਾਂ ਦਾ ਏ ਐਮ ਐਚ ਇੱਕ ਹੁੰਦਾ ਜਿਹਦੇ ਨਾਲ ਅਸੀਂ ਅੰਡੇਦਾਨੀ ਦੇ ਵਿੱਚ ਐਗਸ ਦਾ ਰਿਜ਼ਰਵ ਦੇਖਦੇ ਹਾਂ ਅਸੀਂ, ਉਹ ਬਹੁਤ ਲੋ ਹੈ, ਜਿਹਦੇ 'ਚ ਐਗ ਫਾਰਮੇਸ਼ਨ ਬੜੀ ਘੱਟ ਹੋ ਜਾਂਦੀ ਹੈ, ਜਾਂ ਜਿਨ੍ਹਾਂ ਨੂੰ ਰਿਪੀਟਡ ਓਵੂਲੇਸ਼ਨ ਸਟਿਮੂਲੇਸ਼ਨਸ ਦੇ ਨਾਲ ਐਗ ਫਾਰਮੇਸ਼ਨ ਘੱਟ ਗਿਆ ਹੁੰਦਾ, ਉਹ ਲੋਕਾਂ ਨੂੰ ਸਾਨੂੰ ਆਈ ਵੀ ਐਫ ਨਾਲ, ਐਗ ਡੋਨਰ ਨਾਲ ਆਈ ਵੀ ਐਫ ਲੈਣਾ ਪੈਂਦਾ। ਦੈਨ ਕਮਸ ਮੇਲ ਫੈਕਟਰ ਜਿਵੇਂ ਆ ਜਾਂਦੇ ਨੇ, ਕਈਆਂ ਦੇ ਸਪਰਮ ਕਾਊਂਟ ਇਜ਼ ਵੈਰੀ ਵੈਰੀ ਲੋ, ਉਹਦੇ ਵਿੱਚ ਮੋਟੀਲਿਟੀ ਬੜੀ ਘੱਟ ਹੈਗੀ, ਇਹੋ ਜਿਹੇ ਲੋਕ ਬੜੇ ਨਾ ਉਮੀਦ ਹੋ ਕੇ ਨੋਰਮਲ ਆਈ ਯੂ ਆਈ ਆਈ ਤਰੀਕੇ ਨਾਲ ਨਹੀਂ ਹੋ ਸਕਦਾ। ਇਹਨਾਂ ਲੋਕਾਂ ਨੂੰ ਇੱਕ ਸੀ ਇੱਕ ਟਰਮੀਨੋਲੋਜੀ ਹੈ ਬੜੀ ਆਪਾਂ ਨੂੰ ਹੈਲਪਫੁਲ ਹੋ ਸਕਦੀ। ਜਦੋਂ ਤੁਸੀਂ ਇੱਕ ਸੀ ਦੀ ਗੱਲ ਕੀਤੀ ਹੈ ਤਾਂ ਕੀ ਉਹਦੇ 'ਚ ਅਸੀਂ ਐਕਟੋਸਪਰਮਸ ਨੂੰ ਲੈ ਕੇ ਉਹਦੇ ਬਾਰੇ ਸਾਨੂੰ ਦੱਸੋ ਕਿ ਇੱਕ ਸੀ ਜਿਹੜੀ ਤੁਸੀਂ ਸਾਡਾ ਟਰਮ ਯੂਜ਼ ਕਰ ਰਹੇ ਹੋ ਉਹਦੇ 'ਚ? ਇੱਕ ਸੀ ਦੇ ਵਿੱਚ ਕੀ ਹੁੰਦਾ ਕਿ ਇਹਦੇ ਵਿੱਚ ਡਾਇਰੈਕਟ ਇੰਜੈਕਸ਼ਨ ਆਫ ਦਾ ਸਪਰਮਸ ਇਨ ਟੂ ਦੀ ਸਾਈਟੋਪਲਾਜ਼ਮ ਆਫ ਦੀ ਓਵਮ ਹੋ ਜਾਂਦਾ। ਇਹ ਬੇਸਿਕਲੀ ਉਹਨਾਂ ਲਈ ਜ਼ਿਆਦਾ ਹੁੰਦਾ ਕਿ ਜਿਹੜੇ ਇਮੋਟਾਈਲ ਸਪਰਮਸ ਹੁੰਦੇ ਹਨ ਬਟ ਦੇ ਆਰ ਆਫ ਨੋਰਮਲ ਫਾਰਮ। ਐਬਨੋਰਮਲ ਸਪਰਮਸ ਨੂੰ ਅਸੀਂ ਇੱਕ ਸੀ ਲਈ ਯੂਜ਼ ਨਹੀਂ ਕਰ ਸਕਦੇ ਕਿਉਂਕਿ ਉਹਦਾ ਰਿਜ਼ਲਟ ਹੋਏਗਾ ਐਬਨੋਰਮਲ ਐਮਬਰੀਓ ਬਣਨਾ, ਐਬਨੋਰਮਲ ਜੇ ਪ੍ਰੈਗਨੈਂਸੀ ਹੁੰਦੀ ਵੀ ਹੈ ਜਾਂ ਫੇਲੀਅਰ ਰੇਟ ਜ਼ਿਆਦਾ ਹੋ ਜਾਏਗਾ ਜਾਂ ਉਹਦਾ ਕੋਈ ਐਬਨੋਰਮਲ ਫੀਟਸ ਵੀ ਬਣ ਸਕਦਾ। ਸੋ ਉਹਦੇ ਵਿੱਚ ਜਿਹੜੇ ਇਮੋਟਾਈਲ ਸਪਰਮਸ ਹੁੰਦੇ ਨੇ ਜਾਂ ਲੈਸ ਮੋਟੈਲਿਟੀ ਵਾਲੇ ਸਪਰਮਸ ਹੁੰਦੇ ਨੇ, ਦੇ ਕੈਨ ਬੀ ਡਾਇਰੈਕਟਲੀ ਇੰਜੈਕਟਡ ਇਨ ਟੂ ਦੀ ਓਸਾਈਟ ਐਂਡ ਦਿਸ ਇਜ਼ ਬੇਸਿਕਲੀ ਇੱਕ ਸੀ। ਦੱਸੋ ਦਿਸ ਇਜ਼ ਅ ਕੰਪਲੀਟ ਸੈਂਟਰ ਫਾਰ ਗਿਨੀ, ਔਰ ਸਾਨੂੰ ਦੱਸੋ ਕਿ ਕੀ ਕੀ ਫੈਸਿਲਿਟੀਜ਼ ਇੱਥੇ ਅਵੇਲੇਬਲ ਨੇ, ਔਰ ਓਸਾਈਟ ਫ੍ਰੀਜ਼ਿੰਗ ਜਿਹੜਾ ਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਇਸ ਹੋਸਪਿਟਲ 'ਚ ਕਰ ਰਹੇ ਹੋ, ਕਿਉਂਕਿ ਇਹ ਜਿਹੜੀ ਬੈਲਟ ਹੈ ਐਨ ਆਰ ਆਈ ਬੈਲਟ ਹੈਗੀ ਹੈ ਉਹਦੇ ਬਾਰੇ ਸਾਨੂੰ ਦੱਸੋ। ਓਸਾਈਟ ਫ੍ਰੀਜ਼ਿੰਗ ਉਹਨਾਂ ਲੋਕਾਂ ਲਈ ਹੁੰਦਾ ਹੈ ਕਿ ਜਦੋਂ ਅਸੀਂ ਇੱਕ ਵਾਰੀ ਇੰਡਕਸ਼ਨ ਪ੍ਰੋਟੋਕੋਲ 'ਤੇ ਪੇਸ਼ੈਂਟ ਨੂੰ ਪਾਈਦਾ, ਰਿਪੀਟਡਲੀ ਅਸੀਂ ਉਹਨਾਂ ਦੇ ਇੰਡਕਸ਼ਨ ਲਈ ਨਹੀਂ ਯੂਜ਼ ਕਰਨਾ, ਅਸੀਂ ਉਹਨਾਂ ਦੇ ਓਸਾਈਟ ਪ੍ਰਿਜ਼ਰਵ ਕਰ ਸਕਦੇ ਹੈਗੇ। ਸੈਕੰਡਲੀ ਜਿਹੜਾ ਕਿ ਆਪਾਂ ਨੂੰ ਬਾਰ ਬਾਰ ਪੇਸ਼ੈਂਟ ਸਟਿਮੂਲੇਸ਼ਨ ਨਹੀਂ ਲੈਣਾ ਚਾਹੁੰਦਾ ਹੈਗਾ, ਅਦਰਵਾਈਜ਼ ਔਲਸੋ ਬਹੁਤਾ ਕੋਈ ਉਹ ਨਹੀਂ ਹੈਗਾ ਪੇਸ਼ੈਂਟ ਨੂੰ ਹਰ ਵਾਰੀ ਟੈਕਸ ਕਰਨਾ, ਅਸੀਂ ਉਹਦਾ ਫਾਈਨੈਂਸ਼ੀਅਲੀ ਵੀ ਹੈਲਪ ਹੋ ਜਾਂਦੀ ਓਸਾਈਟ ਫ੍ਰੀਜ਼ਿੰਗ ਦੇ ਨਾਲ। ਸੋ ਦੀਸ ਕੈਨ ਬੀ ਯੂਜ਼ਡ ਫੋਰ ਲੌਂਗਰ ਟਾਈਮ, ਕਦੋਂ ਵੀ ਅਸੀਂ ਪੇਸ਼ੈਂਟ ਦਾ ਜਦੋਂ ਮਨ ਬਣਦਾ ਹੈਗਾ ਉਹਨੂੰ ਯੂਜ਼ ਕਰ ਸਕਦੇ, ਜਾਂ ਜਦੋਂ ਉਹਦੇ ਵਾਤਾਵਰਨ ਦੇ ਅਨੁਕੂਲ ਹੋਵੇ ਚੀਜ਼ਾਂ ਉਹਦੇ ਅਕੋਰਡਿੰਗਲੀ ਅਸੀਂ ਓਸਾਈਟ ਯੂਜ਼ ਕਰ ਸਕਦੇ। ਸਰੋਗੇਸੀ ਜਿਹੜੀ ਕਿ ਹੁਣ ਸਰਕਾਰ ਵੀ ਜਿਹੜੀ ਹੈਗੀ ਹੈ ਦੁਬਾਰਾ ਤੋਂ ਇਸ ਫੀਲਡ ਦੇ ਵਿੱਚ ਕਾਫੀ ਡੀਪਲੀ ਜਾ ਰਹੀ ਹੈਗੀ, ਕਿਉਂਕਿ ਜਦੋਂ ਫਰਟਲ ਇਨਫਰਟੈਲਿਟੀ ਦਾ ਰੇਟ ਵੱਧ ਰਿਹਾ ਉਹਦੇ ਬਾਰੇ ਸਾਨੂੰ ਦੱਸੋ ਕਿ ਸੈਰੋਗੇਸੀ ਦੀ ਵੀ ਜਿਹੜੀ ਸੁਵਿਧਾ ਇੱਥੇ ਪ੍ਰਾਪਤ। ਸੈਰੋਗੇਸੀ ਦੀ ਸੁਵਿਧਾ ਤਾਂ ਹੁੰਦੀ ਸੀ, ਬਟ ਅੱਜ ਕੱਲ੍ਹ ਜਿਹੜੀ ਸੈਰੋਗੇਸੀ ਇਜ਼ ਬਿਕਮ ਅ ਲਾਅ, ਇਟ ਇਜ਼ ਯੂ ਕੈਨੋਟ ਗੋ ਫੋਰ ਸੈਰੋਗੇਸੀ ਹੈ ਅਨਲੈਸ ਸੈਰੋਗੇਟ ਕੌਣ ਹੋ ਸਕਦਾ ਹੈ ਜਿਨ੍ਹਾਂ ਦੇ ਆਪਣੇ ਰਿਲੇਟਿਵਸ ਤੋਂ, ਐਵੇਂ ਅਸੀਂ ਕਮਰਸ਼ੀਅਲ ਸੈਰੋਗੇਸੀ ਨਹੀਂ ਕਰ ਸਕਦੇ। ਕਮਰਸ਼ੀਅਲ ਸੈਰੋਗੇਸੀ ਇਜ਼ ਨੋਟ ਟੂ ਬੀ ਡਨ, ਦੈਟ ਇਜ਼ ਬੈਨਡ। ਕਮਰਸ਼ੀਅਲ ਸੈਰੋਗੇਸੀ ਜਿਸ ਤਰ੍ਹਾਂ ਕਿ ਕੋਈ ਕਿਸੇ ਨੂੰ ਦੂਸਰੇ ਲੇਡੀ ਨੂੰ ਹਾਇਰ ਕਰ ਲੈਂਦਾ ਸੀਗਾ, ਬੱਚਾ ਪੈਦਾ ਕਰ ਲਿਆ, ਮੇ ਬੀ ਉਹਦੇ 'ਚ ਬੜੀਆਂ ਲੀਗਲ ਕੰਪਲੀਕੇਸ਼ਨਸ ਵੀ ਹੋ ਜਾਂਦੀਆਂ ਸੀਗੀਆਂ, ਕਈ ਵਾਰੀ ਲੋਕ ਬੱਚਾ ਨਹੀਂ ਲੈਣਾ ਪਸੰਦ ਕਰਦੇ ਸੀ ਜਾਂ ਉਹਨਾਂ ਦੇ ਅਕੋਰਡਿੰਗਲੀ ਉਹਨਾਂ ਨੂੰ ਲੱਗਦਾ ਸੀ ਸਾਡੇ ਡਿਜ਼ਾਇਰਡ ਲੈਵਲ ਦਾ ਬੱਚਾ ਨਹੀਂ ਆ ਰਿਹਾ ਹੈਗਾ, ਜਾਂ ਕੋਈ ਕਲਰ ਦੇਖਦਾ ਸੀ ਕੋਈ ਕਿਵੇਂ ਦੇਖਦਾ ਸੀ। ਇਹਦੇ ਵਿੱਚ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਜਿਹੜੀ ਹੈਗੀ ਪੂਅਰ ਲੇਡੀ ਉਹ ਹੈਰਸ ਹੋ ਜਾਂਦੀ ਹੁੰਦੀ ਸੀ, ਜਾਂ ਕਈ ਵਾਰ ਉਹਨੂੰ ਫਾਈਨੈਂਸ਼ੀਅਲੀ ਹੈਰਸ ਕਰਦੇ ਸੀ। ਇਸ ਲਈ ਕਮਰਸ਼ੀਅਲ ਸੈਰੋਗੇਸੀ ਇਜ਼ ਬੈਡ। ਨਾ ਓਨਲੀ ਸੈਰੋਗੇਸੀ ਹੈਜ਼ ਟੂ ਬੀ ਪਰੂਵਡ ਕਿ ਜਿਸ ਲਈ ਅਸੀਂ ਕਰ ਰਹੇ ਹਾਂ ਉਹਨਾਂ ਦਾ ਰੈਲੇਟਿਵ ਹੋ, ਜਿਸ ਤਰ੍ਹਾਂ ਕਿ ਕਿਡਨੀ ਲਈ ਅਸੀਂ ਆਪਣੇ ਰੈਲੇਟਿਵ ਤੋਂ ਹੀ ਕਿਡਨੀ ਲੈ ਸਕਦੇ ਹਾਂ। ਸਿਮਿਲਰ ਟਰਮੀਨੋਲੋਜੀ, ਇਟ ਹੈਜ਼ ਟੂ ਬੀ ਫਰੋਮ ਦੀ ਰੈਲੇਟਿਵਸ, ਇਟ ਇਜ਼ ਨੋਟ ਕਮਰਸ਼ੀਅਲ, ਕਮਰਸ਼ੀਅਲ ਸੈਰੋਗੇਸੀ ਇਜ਼ ਬੈਡ। ਦੱਸੋ ਤੁਸੀਂ ਅਸਾਂ ਨੂੰ ਆਪਣਾ ਕੀਮਤੀ ਸਮਾਂ ਦਿੱਤਾ, ਅਸੀਂ ਬਹੁਤ ਧੰਨਵਾਦੀ ਹਾਂ ਕਿ ਇਸ ਚੈਨਲ ਦੇ ਮਾਧਿਅਮ 'ਤੇ ਅਸੀਂ ਤੁਹਾਡੇ ਵਰਗੇ ਡਾਕਟਰ ਜਿਨ੍ਹਾਂ ਨੇ ਜ਼ਿੰਦਗੀ ਸੇਵਾ ਕੀਤੀ ਹੈ ਬਹੁਤ ਲੰਬਾ ਸਮਾਂ, ਅਸੀਂ ਆਪਣੇ ਸਕਰੀਨ 'ਤੇ ਲੈ ਜਾਈਏ ਔਰ ਲੋਕਾਂ ਨੂੰ ਅਵੇਅਰ ਕਰੀਏ ਹਰ ਗਾਇਨੀ ਦੀ ਪ੍ਰੋਬਲਮਸ ਦੇ ਲਈ, ਜਿਸ ਤਰੀਕੇ ਨਾਲ ਸਾਨੂੰ ਤੁਸੀਂ ਸਮਾਂ ਦਿੱਤਾ
ਔਰ ਸਾਨੂੰ ਜਾਂਦੇ ਜਾਂਦੇ ਸਾਡਾ ਸਵਾਲ 24 ਆਵਰ ਜਿਹੜਾ ਇਹ ਹੋਸਪਿਟਲ ਹੈਗਾ ਕਿਉਂਕਿ ਰਾਤ ਨੂੰ ਵੀ ਪ੍ਰੈਗਨੈਂਸੀਆਂ ਜਿਹੜੀਆਂ ਹੈਗੀਆਂ ਇੱਥੇ ਹੁੰਦੀਆਂ, ਰਾਤ ਨੂੰ ਵੀ ਲੋਕ ਜਿਹੜੇ ਹੈਗੇ ਆ ਕੋਈ ਵੀ ਮਤਲਬ ਗੈਨੀ ਦੇ ਰਿਲੇਟਡ ਪ੍ਰੋਬਲਮ ਆ ਸਕਦੇ ਆ, ਕੀ ਫੈਸਿਲਿਟੀ ਅਵੇਲੇਬਲ ਹੈ ਇਸ ਹੋਸਪਿਟਲ 'ਚ? ਹੋਸਪਿਟਲ 24 ਆਵਰਸ ਐਮਰਜੈਂਸੀ ਇਜ਼ ਅਵੇਲੇਬਲ, ਆਲ ਟਾਈਪਸ ਆਫ ਗਾਇਨਿਕ ਸਰਜਰੀਜ਼ ਹੁੰਦੀਆਂ ਹਨ, ਆਲ ਟਾਈਪਸ ਆਫ ਹੈਂਡਲਿੰਗ ਆਫ ਦ ਪ੍ਰੈਗਨੈਂਸੀ ਕੇਸਿਸ, ਜਿਸ ਤਰ੍ਹਾਂ ਕਿ ਟਰਮੀਨੇਸ਼ਨਸ, ਅੱਜ ਕੱਲ੍ਹ ਗੌਰਮੈਂਟ ਦੇ ਅਕੋਰਡਿੰਗ ਵੀ ਅਸੀਂ ਟਰਮੀਨੇਟ ਜੋ ਪ੍ਰੈਗਨੈਂਸੀ ਕਰਨੀ ਅੰਡਰ ਆਫਟਰ ਦੀ ਅਪਰੂਵਲ ਆਫ ਦੀ ਗੌਰਮੈਂਟ ਇੰਸਟੀਟਿਊਸ਼ਨਸ ਦੇ ਅਕੋਰਡਿੰਗ ਹੈ, ਉਹਨਾਂ ਦੇ ਨੋਮਸ ਦੇ ਅਕੋਰਡਿੰਗ ਐਮ ਟੀ ਪੀ ਟਿਲ 12 weeks, ਦੈਨ ਅਪ ਟੂ 20 weeks, ਦੈਟ ਇਜ਼ ਟਿਲ 20 weeks ਉਹਨਾਂ ਲਈ ਹੁੰਦਾ ਜਿਹਨਾਂ ਲਈ ਨੋਰਮਲ ਬੱਚੇ ਹੁਣ ਲੋਕਾਂ ਗਲਤ ਇਨਫੋਰਮੇਸ਼ਨਸ ਗੈਦਰ ਕਰਦੇ ਕਿ ਜੀ 20 ਹਫ਼ਤੇ ਲਿਖਿਆ ਹੋਇਆ ਵੀ ਅਸੀਂ 20 ਹਫ਼ਤੇ ਦਾ ਬੱਚਾ ਅਬੋਰਟ ਕਰ ਸਕਦੇ, ਨੋ ਅਬਨੋਰਮਲ ਬੱਚਾ ਹੋਣ ਅੰਡਰ ਪ੍ਰੋਪਰ ਪੈਨਲ ਦੇ ਕਲੀਅਰੈਂਸ ਹੋਵੇ ਫਿਰ ਉਹ ਟਰਮੀਨੇਸ਼ਨ ਦੀ ਫੈਸਿਲਿਟੀ ਆਪਣੇ ਕੋਲ ਹੈ, ਦੈਨ ਗਾਇਨਿਕ ਸਰਜਰੀ, ਲੈਪਰੋਸਕੋਪਿਕ ਸਰਜਰੀ, ਇਨਫਰਟਿਲਿਟੀ ਟ੍ਰੀਟਮੈਂਟ, IVF ਟ੍ਰੀਟਮੈਂਟ। ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ।